ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਦੇ ਰਹਿਣ ਵਾਲੇ ਦੋ ਜਿਗਰੀ ਦੋਸਤ ਰਾਤੋਂ ਰਾਤ ਕਰੋੜਪਤੀ ਬਣ ਗਏ ਹਨ। 14 ਸਾਲ ਤੋਂ ਲਾਟਰੀ ਪਾ ਰਹੇ ਜੋਗਿੰਦਰ ਕੁਮਾਰ ਤੇ ਰਮੇਸ਼ ਸਿੰਘ ਦੀ ਕਿਸਮਤ ਨੇ ਆਖਰ ਉਹਨਾਂ ਦਾ ਸਾਥ ਦਿੱਤਾ ਤੇ ਦੋਵਾਂ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲ ਗਈ। ਦੋਵਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਡੀਅਰ ਮਾਸਕ ਲਾਟਰੀ ਸਕੀਮ ਤਹਿਤ ਇੱਕ ਦਿਨ ਪਹਿਲਾਂ ਹੀ ਲਾਟਰੀ ਪਾਈ ਸੀ ਤੇ ਅਗਲੇ ਦਿਨ ਹੀ ਲਾਟਰੀ ਨਿਕਲਣ ਦਾ ਫੋਨ ਆ ਗਿਆ। 15 ਸਾਲ ਤੋਂ ਲਗਭਗ ਸਾਡੀ ਯਾਰੀ ਦੋਸਤੀ ਚੱਲਦੀ ਪਈ ਹੈ ਜੀ। ਮੇਰੇ ਦੋਸਤ ਦਾ ਨਾਂ ਜੋਗਿੰਦਰ ਕੁਮਾਰ ਹੈ, ਅਸੀਂ ਇਕੱਠੇ ਹੀ ਬੈਠਦੇ ਉੱਠਦੇ ਹਾਂ, ਮੇਰਾ ਬਹੁਤ ਪਿਆਰ ਹੈ ਇਹਨਾਂ ਨਾਲ। 14 ਸਾਲ ਤੋਂ ਅਸੀਂ ਇਕੱਠੇ ਲਾਟਰੀ ਪਾ ਰਹੇ ਹਾਂ ਜੀ ਅਤੇ ਹਮੇਸ਼ਾ ਹੀ ਇਕੱਠੀ ਪਾਉਂਦੇ ਹਾਂ ਜੀ। ਕਦੇ ਸਾਨੂੰ 200 ਨਿਕਲ ਜਾਂਦਾ ਸੀ, ਕਦੇ 300 ਨਿਕਲਿਆ, ਕਦੇ 5000 ਵੀ ਨਿਕਲਿਆ ਜੀ ਇੱਕ ਦੋ ਵਾਰੀ। ਅਸੀਂ ਲਗਾਤਾਰ ਇਕੱਠੀਆਂ ਟਿਕਟਾਂ ਪਾ ਰਹੇ ਹਾਂ ਜੀ ਜਦੋਂ ਦੀਆਂ ਜੀ, ਅਤੇ ਐਸ ਕੀ ਸਾਡੇ ਬੈਠੇ ਬੈਠੇ ਬਸ ਅਸੀਂ ਚੱਲ ਪਏ। ਮੈਂ ਕਿਹਾ ਚੱਲ ਆਹ ਟਿਕਟ ਪਾ ਕੇ ਆਈਏ, ਉਹ ਵੀ ਅਸੀਂ ਇਕੱਠੀ ਪਾਈ ਸੀ ਜੀ। ਇਕੱਠੀ ਪਾ ਕੇ ਅਤੇ ਅਸੀਂ ਬੈਠ ਗਏ ਅਤੇ ਸਾਨੂੰ ਸ਼ਾਮ ਨੂੰ ਨਾ ਫੋਨ ਆ ਗਿਆ ਜੀ ਵੀ ਤੁਹਾਨੂੰ 1.5 ਕਰੋੜ ਰੁਪਈਆ ਨਿਕਲ ਗਿਆ ਜੀ। ਮੇਰੇ ਦੋਸਤ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਜਿਹੜੀ ਅਸੀਂ ਲਾਟਰੀ ਪਾਈ ਅੱਜ ਉਹਦਾ 1.5 ਕਰੋੜ ਦਾ ਇਨਾਮ ਨਿਕਲਿਆ, ਲੇਕਿਨ ਪਹਿਲਾਂ ਤਾਂ ਵਿਸ਼ਵਾਸ ਹੀ ਨਹੀਂ ਹੋਇਆ ਤਾਂ ਫਿਰ ਬਾਅਦ 'ਚ ਜਦੋਂ ਪਤਾ ਲੱਗਿਆ ਤਾਂ ਸਾਡੀ ਅੱਖਾਂ 'ਚ ਲਾ ਗਿਆ ਪਾਣੀ, ਖੁਸ਼ੀ ਦੇ ਆਂਸੂ ਆ ਗਏ। ਉਸ ਤੋਂ ਬਾਅਦ ਅਸੀਂ ਮਿਲੇ, ਦੋਨਾਂ ਨੂੰ ਜੱਫੀ ਪਾ ਕੇ ਮਿਲੇ ਜੀ, ਬੜੀ ਖੁਸ਼ੀ ਹੋਈ ਅਤੇ ਮੇਰੀਆਂ ਅੱਖਾਂ 'ਚ ਆਂਸੂ ਆ ਗਏ ਜੀ। ਐਂ ਜਿਵੇਂ ਰੋਣ ਜੈਸਾ ਵੀ ਖੁਸ਼ੀ ਦੇ ਆਂਸੂ ਬਹੁਤ ਜ਼ਿਆਦਾ ਆ ਗਏ ਜੀ। ਇਸ ਕਾਰਨ ਮੈਂ ਕਿਹਾ ਪਰਮਾਤਮਾ ਨੇ ਬਹੁਤ ਵਧੀਆ ਸੁਣ ਲਈ। ਲਾਟਰੀ ਮੇਰੇ ਕੋਲ ਸੀ ਜੀ, ਅਸੀਂ ਅੱਗੇ ਵੀ ਲਾਟਰੀ ਪਾਉਂਦੇ ਹਾਂ, ਸਦਾ ਮੇਰੇ ਕੋਲ ਹੀ ਲਾਟਰੀ ਹੁੰਦੀ ਹੈ। ਇਹ ਵਿਸ਼ਵਾਸ 'ਤੇ ਅਸੀਂ ਚੱਲਦੇ ਹਾਂ ਇੱਕ ਦੂਸਰੇ 'ਤੇ ਅਤੇ ਕਦੀ ਇਹ ਨਹੀਂ ਸੋਚਿਆ ਵੀ ਮੇਰੇ ਕੋਲ ਲਾਟਰੀ ਹੈ, ਇਹਨੇ ਕਦੇ ਇੱਦਾਂ ਦੀ ਗੱਲ ਨਹੀਂ ਸੋਚੀ। ਜੋਗਿੰਦਰ ਕੁਮਾਰ ਅਤੇ ਰਮੇਸ਼ ਸਿੰਘ ਇਸ ਰਾਸ਼ੀ ਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਖਰਚ ਕਰਨਾ ਚਾਹੁੰਦੇ ਹਨ। ਜ਼ਿਆਦਾ ਤਾਂ ਇੱਕ ਵਾਰੀ ਤਾਂ ਬੱਚਿਆਂ ਨੂੰ ਸਟੈਂਡ ਕਰਕੇ ਉਸ ਤੋਂ ਬਾਅਦ ਵੇਖਾਂਗੇ ਜੀ ਇਨਵੈਸਟਮੈਂਟ ਕੀ ਕਰਨੀ ਹੈ ਜੀ। ਕੋਈ ਸ਼ੋਪ 'ਤੇ ਥੋੜ੍ਹਾ ਬਹੁਤਾ ਹਾਲਾਤ ਥੋੜ੍ਹੇ ਜਿਹਾ ਇਸ ਤਰ੍ਹਾਂ ਦੇ ਹੈਗੇ ਨੇ, ਖਰਾਬ ਨੇ ਜੀ, ਬਸ ਥੋੜ੍ਹਾ ਜਿਹਾ ਉਹਨੇ ਸੁਧਾਰ ਲਿਆਵਾਂਗੇ ਜੀ। ਅਸੀਂ ਇਹਨੂੰ ਜੀ, ਮੈਂ ਤਾਂ ਇਸ ਨੂੰ ਆਪਣੇ ਬੱਚੇ ਨੂੰ ਐਡਜਸਟ ਕਰਨ ਵਾਸਤੇ ਲਗਾਵਾਂਗਾ ਕਿਉਂਕਿ ਕੰਮ ਤਾਂ ਕਰ ਰਿਹਾ, ਲੇਕਿਨ ਥੋੜ੍ਹਾ ਜਿਹਾ ਕੰਮ ਨੂੰ ਵਧਾਉਣ ਵਾਸਤੇ ਪੈਸਾ ਲਵਾਂਗੇ। ਜੋਗਿੰਦਰ ਕੁਮਾਰ ਅਬੋਹਰ ਵਿੱਚ ਹੀ ਕੱਪੜੇ ਦੀ ਦੁਕਾਨ ਕਰਦੇ ਹਨ ਤੇ ਰਮੇਸ਼ ਸਿੰਘ ਅਕਸਰ ਉਹਨਾਂ ਦੇ ਕੋਲ ਦੁਕਾਨ ਤੇ ਹੀ ਆ ਕੇ ਬੈਠਦੇ ਹਨ। ਦੋਵਾਂ ਵਿੱਚ ਪਰਿਵਾਰਕ ਰਿਸ਼ਤੇ ਵੀ ਚੰਗੇ ਹਨ। ਪਿਛਲੇ 14 ਸਾਲ ਤੋਂ ਉਹਨਾਂ ਨੇ ਇਕੱਠੇ ਹੀ ਲਾਟਰੀਆਂ ਪਾਈਆਂ ਤੇ ਜੋ ਵੀ ਇਨਾਮ ਮਿਲਿਆ ਉਸ ਦੀ ਰਾਸ਼ੀ ਅੱਧੀ ਅੱਧੀ ਕੀਤੀ। ਦੋਵਾਂ ਦੇ ਪੁੱਤਰ ਵੀ ਉਹਨਾਂ ਦੀ ਇਸ ਦੋਸਤੀ ਦੇ ਕਿੱਸੇ ਸੁਣਾਉਂਦੇ ਹਨ। ਕੱਲ ਜਦੋਂ ਮੈਨੂੰ ਇਸ ਲਾਟਰੀ ਬਾਰੇ ਪਤਾ ਲੱਗਿਆ, ਮੈਂ ਇੱਕਦਮ ਸਡਨਲੀ ਬਹੁਤ ਸਰਪ੍ਰਾਈਜ਼ ਹੋਇਆ। ਮੈਨੂੰ ਇੱਕਦਮ ਭਰੋਸਾ ਨਹੀਂ ਹੋਇਆ। ਇੱਕ ਕਹਿੰਦੇ ਨਾ ਧਰਤੀ ਥੱਲੋਂ ਜ਼ਮੀਨ ਖਿਸਕ ਜਾਣਾ, ਉਹੋ ਜਿਹੀ ਚੀਜ਼ ਮੈਂ ਕੱਲ ਫੀਲ ਕੀਤੀ। ਲਾਟਰੀ ਕਾਫੀ ਟਾਈਮ ਤੋਂ ਪਾਉਂਦੇ ਆ ਰਹੇ ਆ, ਮੈਂ ਇਹਨਾਂ ਨੂੰ ਕਾਫੀ ਟਾਈਮ ਤੋਂ ਦੇਖਦਾ ਆ ਰਿਹਾ ਇਸ ਚੀਜ਼ ਦਾ। ਇਹਨਾਂ ਦਾ ਰਿਸ਼ਤਾ ਇੰਨੇ ਸਾਲਾਂ ਤੋਂ ਪੁਰਾਣਾ, 14 ਸਾਲਾਂ ਤੋਂ ਪੁਰਾਣਾ ਇੰਨਾ ਜੁੜਿਆ ਹੋਇਆ ਹੈਗਾ, ਇਸੇ ਕਰਕੇ ਹੀ ਕਿ ਹਾਂ ਕੋਈ ਪੈਸਿਆਂ ਦਾ ਕੋਈ ਵੀ ਇਹਨਾਂ ਦੇ ਵਿੱਚ ਕਦੇ ਵੀ ਅੱਜ ਤੱਕ ਕੋਈ ਇਹੋ ਜਿਹਾ ਨਹੀਂ ਹੋਇਆ ਵੀ ਇੰਨਾ ਰਿਸ਼ਤਾ, ਇੰਨਾ ਰਿਸ਼ਤਾ ਤਾਂ ਅੱਜ ਕੱਲ੍ਹ ਖੂਨ ਦਾ ਵੀ ਵੇਖਣ ਨੂੰ ਨਹੀਂ ਮਿਲਦਾ ਜਿੰਨਾ ਇਹਨਾਂ ਦੇ ਵਿੱਚ ਇਸ ਚੀਜ਼ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇਸ ਤੋਂ ਬਾਅਦ ਇਹਨਾਂ ਨੇ ਆਪਦੀ ਯਾਰੀ ਬਰਕਰਾਰ ਰੱਖੀ ਹੈਗੀ ਆ, ਉਸ 'ਚ ਕਿਸੇ ਵੀ ਤਰੀਕੇ ਦੀ ਕੋਈ ਫਿੱਕ ਨਹੀਂ ਪਹਿਨ ਦਿੱਤੀ ਯਾਰੀ ਦੇ ਵਿੱਚ। 14-15 ਸਾਲ ਤੋਂ ਸੀਰ 'ਤੇ ਹੀ ਪਾ ਰਹੇ ਆ ਵੀ ਆਪਣੀ ਸਾਂਝੀ ਲੋਟਰੀ ਪਾਉਂਦੇ ਆ। ਕਦੇ ਇਹਨਾਂ ਨੂੰ 200 ਨਿਕਲ ਆਉਣੇ ਤਾਂ ਇਹਨਾਂ ਨੇ ਅੱਧੇ ਅੱਧੇ ਕਰ ਲੈਣੇ ਜੀ, ਕਦੇ 500 ਨਿਕਲ ਆਉਣੇ, ਕਈ ਵਾਰੀ 2500 ਵੀ ਨਿਕਲ ਇਹਨਾਂ ਨੂੰ, 5000 ਤੱਕ ਵੀ ਨਿਕਲੇ ਇਹਨਾਂ ਨੂੰ, ਕਦੇ 3000 ਨਿਕਲਣਾ। ਇਹਨਾਂ ਨੇ ਹਮੇਸ਼ਾ ਅੱਧੋ ਅੱਧ ਕਰ ਲੈਣਾ ਜੀ, ਮਤਲਬ ਕਿ ਯਾਰਾਨਾ ਇਹਨਾਂ ਦਾ ਇੰਨਾ ਪੱਕਾ ਵੀ ਕਹਿੰਦੇ ਵੀ ਇੱਕੋ ਥਾਲੀ 'ਚ ਹੀ ਖਾਣਾ ਇਹਨਾਂ ਨੇ, ਅਤੇ ਦੁਪਹਿਰੇ ਜਾਂ ਸ਼ਾਮ ਨੂੰ ਇੱਕ ਦੂਜੇ ਨੂੰ ਫੋਨ ਕਰਨਾ ਵੀ ਹਾਂ ਕਿੱਥੇ ਆ, ਮਿਲ ਕੇ ਇਕੱਠੇ, ਜਿਵੇਂ ਇਹਨਾਂ ਨੇ ਘਰ ਵਾਸਤੇ ਕੋਈ ਸਮਾਨ ਲੈਣ ਜਾਣਾ ਤਾਂ ਵੀ ਇਕੱਠੇ ਜਾਣਾ। ਇਹ ਇਹਨਾਂ ਦੀ ਬਹੁਤ ਗੂੜੀ ਦੋਸਤੀ ਹੈ ਜੀ, ਬਹੁਤ ਨਿੱਘੀ।